आप देख रहे हैं APN वेब न्यूज। ਕੀ ਗੱਲ ਹੈ ਭੈਣ ਜੀ? ਹਾਂਜੀ, ਮੇਰੇ ਪਤੀ ਦੇ ਵੀ ਕਤਲ ਹੋਏ ਨੇ, 2 ਸਾਲ ਹੋ ਗਏ। ਅੱਛਾ ਜੀ, ਕਿਹੜੀ ਜਗ੍ਹਾ ਤੇ? ਹਾਂਜੀ, ਨਵਾਂ ਘਰ ਬੇਟਾ। ਕੀ ਨਾਮ ਕੀ ਸੀ ਉਹਨਾਂ ਦਾ? ਜਰਨੈਲ ਸਿੰਘ। ਅੱਛਾ, ਕੀ ਅੱਜ ਆਏ ਇੱਥੇ, ਕੀ ਕਰਨ ਆਏ ਆਪਾਂ? ਹਾਂਜੀ, ਅਸੀਂ ਅੱਜ SSP ਦੇ ਨੂੰ ਆਏ ਆ। ਅੱਛਾ ਜੀ। ਹਾਂਜੀ, ਉਹਨਾਂ ਨਾਲ ਗੱਲਬਾਤ ਕੀਤੀ, ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਤੁਹਾਡੇ ਤੇ ਕੋਈ ਉਹਨਾਂ ਤੇ ਕਾਰਵਾਈ ਬੰਦ ਨਹੀਂ ਕਰਾਂ। ਕਿੰਨੀ ਦੇਰ ਹੋ ਗਿਆ ਭੈਣ ਜੀ ਇਹ ਕਤਲ ਹੋਇਆ? ਹਾਂਜੀ, 2 ਸਾਲ। ਤੇ 2 ਸਾਲ ਅਜੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ? ਕੋਈ ਕਾਰਵਾਈ ਨਹੀਂ ਹੋਈ। ਠੀਕ। ਮੇਰਾ ਨਾਮ ਰੂਪਲਾਲ ਹੈ। ਅੱਜ ਤੋਂ 2 ਸਾਲ ਪਹਿਲਾਂ ਮੇਰੇ ਡੈਡੀ ਦਾ ਕਤਲ ਹੋ ਗਿਆ ਸੀਗਾ। ਸਾਨੂੰ ਬੰਦਿਆਂ ਦਾ ਵੀ ਪਤਾ ਆ ਕਿਹੜੇ ਬੰਦੇ ਆ, ਪਰ ਸਾਡੀ ਕੋਈ ਕਾਰਵਾਈ ਕੋਈ ਸਾਡੇ ਨਹੀਂ ਕਰਦੇ। 2 ਸਾਲ ਤੋਂ ਅਸੀਂ ਇਹੀ ਚੱਕਰ ਕੱਢ ਰਹੇ ਹਾਂ। ਲੁਧਿਆਣਾ ਕਦੇ ਜਲੰਧਰ। ਕਿਹੜੇ ਪਿੰਡ ਦੇ ਆਪਾਂ? ਨਿਊ ਖਰਾਬ ਹੋ ਚੁੱਕੇ। ਦੀਪ ਸਿੰਘ ਹੈ ਜੀ। ਅਸੀਂ SSP ਦਫ਼ਤਰ ਪਹੁੰਚੇ ਹਾਂ ਜਲੰਧਰ। ਅਤੇ 2 ਸਾਲ ਪਹਿਲਾਂ ਸਾਡੇ ਜੀਜਾ ਜੀ ਦਾ ਮਰਡਰ ਹੋ ਗਿਆ ਸੀਗਾ। ਅੱਛਾ। ਸਿਲਸਿਲੇ ਵਿੱਚ ਅਸੀਂ ਆਏ ਹਾਂ ਜੀ ਜਰਨੈਲ ਸਿੰਘ। ਕੀ ਨਾਮ ਕੀ ਸੀ ਹੁਣ? ਜਰਨੈਲ ਸਿੰਘ ਨਾਮ ਹੈ। ਕਿਹੜੀ ਜਗ੍ਹਾ 'ਤੇ ਜੀ? ਨਵਾਂ ਖਰਾ ਬੇਟ ਪਿੰਡ ਆ ਜੀ। ਅੱਛਾ ਜੀ। ਉੱਦਾਂ ਜ਼ਿਲ੍ਹਾ ਲੁਧਿਆਣਾ ਦਾ ਪਿੰਡ ਆ ਜੀ। ਠੀਕ। ਥਾਣਾ ਫਲੋਰ ਲੱਗਦਾ ਜੀ ਉਹਨਾਂ ਨੂੰ। ਠੀਕ ਹੈ ਸਰ। ਸਟਾਰਟਿੰਗ ਵਿੱਚ ਅਸੀਂ ਫਲੋਰ ਗਏ ਜੀ, ਫਲੋਰ ਵਾਲੇ ਨੇ ਸਾਨੂੰ ਥਾਂ ਦੇਖ ਕੇ ਰੈਫਰ ਕਰਤਾ ਉੱਧਰ ਨੂੰ ਲੋਡੂਵਾਲ ਨੂੰ। ਅੱਛਾ ਜੀ। ਲੋਡੂਵਾਲ ਵਾਲਿਆਂ ਨੇ ਜਿਸਕੀ ਸੁਨੀਲ ਵਰਮਾ ਦੇ ਭੇਜਤਾ, ਉਹਨਾਂ ਨੇ ਤਹਿਕੀਕਾਤ ਕੀਤੀ। 1 ਸਾਲ ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਇੱਧਰ ਭੇਜਤਾ ਜਲੰਧਰ। ਜਲੰਧਰੋਂ ਫਿਰ ਸਾਨੂੰ ਰੈਫਰ ਕਰ ਦਿੱਤਾ ਕਿ ਉੱਧਰ ਵੀ ਤੁਹਾਡਾ ਕੇਸ ਫਲੋਰ ਵਾਲੇ ਹੈਂਡਲ ਕਰਨਗੇ, ਲੋਡੂਵਾਲ ਵਾਲੇ। ਹੁਣ ਫਿਰ ਉਹਨਾਂ ਨੇ ਲਿਖ ਕੇ ਇੱਧਰ ਭੇਜਤਾ ਜੀ, ਤੁਸੀਂ ਜਲੰਧਰ ਜਾਓ, ਤੁਹਾਡਾ ਕੇਸ ਉੱਥੇ ਸੋਲਵ ਹੋਊਗਾ ਜੀ। 2 ਸਾਲ ਹੋ ਗਏ ਸਾਨੂੰ ਸਰ ਜੀ ਇਸ ਕੰਮ ਵਿੱਚ ਭੱਜਦਿਆਂ ਨੂੰ, ਕਿਸੇ ਤਰੀਕੇ ਦਾ ਕੋਈ ਹੱਲ ਨਹੀਂ ਹੋ ਰਿਹਾ। ਬੰਦਿਆਂ ਦਾ ਸਾਨੂੰ ਪਤਾ ਜਿਨ੍ਹਾਂ ਨੇ ਮਰਡਰ ਕੀਤਾ, ਕੁਛ ਸਬੂਤ ਵੀ ਸਾਡੇ ਕੋਲ ਹੈਗੇ ਆ, ਪਰ ਪੁਲਿਸ ਕਾਰਵਾਈ ਨਹੀਂ ਕਰ ਰਹੀ। ਹੁਣ ਅਸੀਂ ਆਏ ਹਾਂ SSP ਦੇ ਸਾਹਿਬ ਦੇ, ਉਹਨਾਂ ਨੇ ਸਾਨੂੰ ਵਿਸ਼ਵਾਸ ਦਵਾਇਆ ਕਿ ਤੁਹਾਡਾ ਕੰਮ ਹੋਊਗਾ, ਜਲਦ ਤੋਂ ਜਲਦ ਮਤਲਬ ਫੜੇ ਜਾਣਗੇ ਜੀ। ਇਹ ਮੰਗ ਕਰਦੇ ਹਾਂ ਸਰਕਾਰ ਤੋਂ ਕਿ ਸਾਡਾ ਇਹ ਕੇਸ ਸੋਲਵ ਹੋਣਾ ਚਾਹੀਦਾ, ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ।